मानसा नाल मेरे स्टार जिहड़े ने ਉਹ ਇਸ ਗੱਲੋਂ ਬਹੁਤ ਮਿਲਦੇ ਆ ਕਿ ਜਦੋਂ ਵੀ ਮਾਨਸਾ ਦੇ ਵਿੱਚ ਰੈਲੀ ਕਰਨ ਆਉਂਦੇ ਆ ਇੱਕ ਤਾਂ ਇੰਦਰ ਦੇਵਤਾ ਬਹੁਤ ਖੁਸ਼ ਹੁੰਦਾ ਉਸ ਦਿਨ ਪਿਛਲੀ ਵਾਰ ਵੀ ਨਹੀਂ ਪੈਂਦਾ ਸੀ ਕੋਈ ਗੱਲ ਨਹੀਂ ਇਹ ਆਮ ਆਦਮੀ ਪਾਰਟੀ ਵਾਲਿਆਂ ਦੀ ਰੈਲੀ ਹੈ ਇਹ ਮੀਂਹ ਹਨੇਰੀ ਗੜਿਆਂ ਤੋਂ ਨਹੀਂ ਡਰਦੀ ਇਹ ਬੀਜੇਪੀ ਵਾਲਿਆਂ ਦੀ ਨਹੀਂ ਹੈਗੀ कि पिछों ही मुड़ जाओ चलो चलिए आए की करन सी भाई सो वीरो जिहड़ा थोड़ा ये प्यार है ये सानू थकन नहीं दिंदा जिहड़ा थोड़ा ये प्यार है ये सानू हौसला दिंदा आ प्यार जिहड़ा तुहाडा ये साडे लई खंभ ने इन्हां खंभां दे सहारे असीं उड्डे फिरदे आ नहीं सानू ਆਪਾਂ ਇਹਨਾਂ ਨੂੰ ਪੈਸੇ 'ਚ ਨਹੀਂ ਹਰਾ ਸਕਦੇ ਆਪਾਂ ਇਹਨਾਂ ਨੂੰ ਕੋਈ ਗੁੰਡਾਗਰਦੀਆਂ 'ਚ ਨਹੀਂ ਆਪਾਂ ਪੈਂਦੇ ਇਹਨਾਂ ਕੋਲੇ ਬੇਸ਼ੁਮਾਰ ਦੌਲਤ ਹੈ ਆਪਣੇ ਕੋਲੇ ਬੇਸ਼ੁਮਾਰ ਪਿਆਰ ਹੈ ਆਹੀ ਫਰਕ ਹੈ ਅੱਜ ਤੁਸੀਂ ਇੱਥੇ ਆਏ ਹੋ ਔਰ ਮੈਂ ਜਦੋਂ ਵੀ ਮਾਨਸਾ ਆਉਣਾ ਐਂ ਲੱਗਦਾ ਵੀ ਇਦੂ ਵੱਧ ਤਾਂ ਹੁਣ ਕੀ ਹੋ ਜੂਗਾ ਅੱਠ ਪਰ ਹਰ ਵਾਰ ਤੁਸੀਂ ਆਪਦਾ ਰਿਕਾਰਡ ਆਪ ਹੀ ਤੋੜ ਲੈਂਦੇ ਹੋ ਦੇਖਿਆ ਇਹ ਤਾੜੀ ਵਧੀਆ ਆਪਦੇ ਦਿਲੋਂ ਆਪ ਮਾਰੀ ਹੈ ਤਾੜੀ ਤੁਸੀਂ ਨਹੀਂ ਤਾਂ ਅੱਜ ਕੱਲ੍ਹ ਇਹੋ ਜਿਹੇ ਵੀ ਲੀਡਰ ਨੇ ਜਿਹਨਾਂ ਨੂੰ ਹਰ 10-15 ਸਕਿੰਟਾਂ ਬਾਅਦ ਕਹਿਣਾ ਪੈਂਦਾ ਠੋਕੋ ਤਾੜੀ ਉਹ ਭਾਈ ਜੇ ਤੁਹਾਡੇ ਤੇ ਯਕੀਨ ਕਰਨਗੇ ਲੋਕ ਤਾਂ ਆਪ ਹੀ ਠੋਕ ਦੇਣਗੇ ਤਾੜੀ ਮੇਰੇ ਵੀਰੋ ਦਿਲ ਨਾ ਛੱਡਿਓ ਕਿਸੇ ਹੋਰ ਨੇ ਆ ਕੇ ਠੀਕ ਨਹੀਂ ਕਰਨਾ ਪੰਜਾਬ ਨੂੰ ਆਪਾਂ ਨੂੰ ਹੀ ਠੀਕ ਕਰਨਾ ਪਊ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇੱਕ ਵਾਰੀ ਆ ਝਾੜੂ ਫੇਰ ਦਿਓ 2022 ਵਾਲੀ ਫਰਵਰੀ ਵਾਲੀਆਂ ਵੋਟਾਂ 'ਚ ਸਫਾਈ ਕਰ ਦਿਓ ਇਸੇ ਧਰਤੀ ਤੇ ਭੰਗੜੇ ਪੈਂਦੇ ਮੈਂ ਦਿਖਾਊਂਗਾ ਇਹ ਪੈਸਿਆਂ ਵਾਲੇ ਜਿਹੜੇ ਪੇਦੂ ਪਹਿਲਾਂ ਸੰਗਰੂਰ ਘੱਟ ਪੈਸਿਆਂ ਵਾਲੇ ਸੀਗੇ ਉਹ ਕੇਵਲ ਢਿੱਲੋਂ ਰਹੀ ਮਿਲੀਅਨੇਅਰ ਨੇ ਮਿਲੀਅਨੇਅਰ ਕਰੋੜਪਤੀ ਉਹ ਵੱਡੇ ਵੱਡੇ ਹੋਟਲ ਵੱਡੇ ਵੱਡੇ ਪਲਾਜੇ ਉਹਨਾਂ ਕੋਲੇ ਲਿਖਣਾ ਪੈਂਦਾ ਇਹ ਵੀ ਕੀ ਹੈ ਤੁਹਾਡੇ ਕੋਲੇ 500-700 ਕਰੋੜ ਤਾਂ ਡਿਕਲੇਅਰ ਕਰਦੇ ਨੇ ਕਿ ਸਾਡੇ ਕੋਲ ਇੰਨਾ ਹੈ ਕੇਵਲ ਢਿੱਲੋਂ ਨੇ 4 ਘੜੀਆਂ ਦੱਸੀਆਂ ਸੀ ਜਿਹੜੀ ਜਦੋਂ ਲਿਖਿਆ ਉੱਥੇ ਪਰਚਾ ਭਰਿਆ ਐਫੀਡੈਵਿਟ ਦੇਣਾ ਪੈਂਦਾ ਸਟਾਮ ਤੇ ਕਹਿੰਦਾ ਮੇਰੇ ਕੋਲ 4 ਘੜੀਆਂ ਨੇ ਜਿਨ੍ਹਾਂ ਦੀ ਕੀਮਤ 16 ਲੱਖ ਹੈ ਵਿਦੇਸ਼ੀ ਘੜੀਆਂ ਨੇ ਇੱਕ ਘੜੀ ਦੀ ਕੀਮਤ 4 ਲੱਖ ਹੈ 16 ਲੱਖ ਦਾ ਮੈਨੂੰ ਪੱਤਰਕਾਰ ਕਹਿੰਦੇ ਉਹਨਾਂ ਨੇ ਕਿਹਾ ਕਿ 4 ਘੜੀਆਂ ਨੇ ਮੇਰੇ ਕੋਲ ਜਿਹਨਾਂ ਦੀ ਕੀਮਤ 16 ਲੱਖ ਹੈ ਮੈਂ ਕਿਹਾ ਘੜੀਆਂ 16 ਲੱਖ ਦੀਆਂ ਲਈ ਫਿਰਦਾ ਟਾਈਮ ਫਿਰ ਵੀ ਮਾੜਾ ਚਲੀ ਜਾਂਦਾ ਮੈਂ ਕਿਹਾ ਮੈਂ ਬਣਦਾ ਹੀ ਨਹੀਂ ਆਹ ਬੱਲੇ ਬੱਲੇ ਹੋਈ ਪਈ ਹੈ ਇਹ ਕਿਤੇ ਮਹਿੰਗੀਆਂ ਘੜੀਆਂ ਬੰਨਣ ਨਾਲ ਟਾਈਮ ਨਹੀਂ ਬਦਲਦਾ ਇਹ ਲੋਕਾਂ ਦੇ ਦਿਲਾਂ 'ਚ ਵਸਣਾ ਪੈਂਦਾ ਔਰ ਦਿਲਾਂ 'ਚ ਵਸਣ ਵਾਸਤੇ ਲੋਕਾਂ ਦਾ ਪਿਆਰ ਜਿੱਤਣਾ ਪੈਂਦਾ ਅਤੇ ਇੱਥੇ ਇਹਨਾਂ ਕੋਲ ਕੀ ਹੁੰਦਾ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਦੇਖੋ ਹੁਣ 100 ਦਿਨ ਦਾ ਹਿਸਾਬ ਦੇ ਰਿਹਾ ਚੰਨੀ ਉਹਦਾ ਨਵਾਂ ਚੱਲਿਆ ਚੰਨੀ 100 ਦਿਨ ਦਾ ਹਿਸਾਬ ਦੇ ਰਿਹਾ ਮੈਂ ਕਿਹਾ 100 ਦਿਨ ਦਾ ਕਿਉਂ ਬਾਕੀ ਪੌਣੇ 5 ਸਾਲ ਕਿੱਧਰ ਕੱਢੋਗੇ ਉਹ ਕਹਿੰਦੇ ਕੈਪਟਨ ਦੇ ਸੀ ਮੈਂ ਕਿਹਾ ਮੰਤਰੀ ਤੁਸੀਂ ਵੀ ਸੀ ਉਦੋਂ ਫਿਰ ਇਹ ਥੋੜ੍ਹੇ ਆ ਪੌਣੇ 5 ਸਾਲ ਦਾ ਨਹੀਂ ਸਾਹਿਬ ਪੂਰਾ 5 ਸਾਲ ਦਾ ਹੋਊਗਾ ਚੰਨੀ ਸਾਹਿਬ ਘਰ ਘਰ ਨੌਕਰੀਆਂ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ 5-5 ਮਰਲਿਆਂ ਦੇ ਪਲਾਟ ਸਮਾਰਟ ਫੋਨ 2500 ਰੁਪਇਆ ਬੁਢਾਪਾ ਪੈਨਸ਼ਨ ਹੈ 5100 ਰੁਪਇਆ ਸ਼ਗਨ ਸਕੀਮ ਦਾ ਪਤਾ ਨਹੀਂ ਕੀ ਹਜੇ ਵੀ ਤੁਹਾਡੇ ਜੇਬਾਂ ਦੇ ਵਿੱਚ ਕਾਰਡ ਪਏ ਹੋਣੇ ਕੈਪਟਨ ਨੇ ਸਹੁੰ ਚੱਕੀ ਤੁਹਾਡੀ ਨੌਕਰੀ ਪੱਕੀ ਉਹ ਤੁਹਾਨੂੰ ਨੌਕਰੀ ਦੇ ਨਾਲ ਆਪ ਬੇਰੁਜ਼ਗਾਰ ਹੋਇਆ ਫਿਰਦਾ ਕੁਦਰਤ ਹੈ ਡਰੀਏ ਮਹਾਰਾਜ ਤੋਂ ਡਰੀਏ ਸੋ ਵੀਰੋ ਸਾਹਿਬ 5 ਸਾਲ ਦਾ ਹੋਊਗਾ ਜੀ 100 ਦਿਨ ਦਾ ਨਹੀਂ ਹੋਣਾ ਨਾਲੇ 100 ਦਿਨ 'ਚ ਵੀ ਕੀ ਕੀਤਾ ਹੈ ਇਕੱਲੇ ਬੋਰਡ ਲਾਏ ਨੇ ਰੋਡਵੇਜ਼ ਦੀਆਂ ਬੱਸਾਂ ਭਰਤੀਆਂ ਖੰਭੇ ਭਰਤੇ ਪੰਜਾਬ ਦੇ ਸਾਰੇ ਕੋਈ ਦਰਖਤ ਨਹੀਂ ਛੱਡਿਆ ਕੋਈ ਮੋਟਰ ਵਾਲਾ ਕੋਠਾ ਜਿਹੜਾ ਸੜਕ ਤੋਂ ਦਿਸਦਾ ਹੋਵੇ ਉਹ ਨਹੀਂ ਛੱਡਿਆ ਬਸ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਮੈਂ ਕਿਹਾ ਯਾਰ ਕਿਹੜੇ ਮਸਲੇ ਹੱਲ ਕਰਤੇ ਕਿ 36,000 ਕਹਿੰਦੇ ਕੰਮ ਹੈ ਜਿਹੜੇ ਕੱਚੇ ਮੁਲਾਜ਼ਮ ਨੇ ਪੱਕੇ ਕਰਤੇ ਮੈਂ ਕਿਹਾ ਜੀ 3 ਜ਼ੀਰੋਆਂ ਕੱਟ ਦੇਣਾ ਇਕੱਲੇ 36 ਮਿਲਾ ਦੇ ਕਿੱਥੇ ਰਹਿੰਦੇ ਨੇ ਹੁਣ ਪੱਕੇ ਕੀਤੇ ਨੇ ਬਾਅਦ 'ਚ ਹੁਣ ਕਹਿੰਦਾ ਰਾਜਪਾਲ ਨੇ ਸਾਈਨ ਨਹੀਂ ਕੀਤੇ ਮੈਂ ਕਿਹਾ ਫਿਰ ਬੋਰਡ ਕਿਉਂ ਲਾਏ ਨੇ ਬੋਰਡ ਕਿਉਂ ਲਾਏ ਨੇ ਸੋ ਵੀਰੋ ਇਹਨਾਂ ਤੇ ਸਰਕਾਰ ਥੋੜ੍ਹੀ ਚੱਲ ਰਹੀ ਹੈ ਸਰਕਾਰ ਤਾਂ ਚੱਲ ਹੀ ਨਹੀਂ ਰਹੀ ਇਹਨਾਂ ਦਾ ਆਪਸ 'ਚ ਲੜਾਈ ਝਗੜੇ ਨਹੀਂ ਖਤਮ ਹੁੰਦੇ ਰੋਜ਼ ਕੋਈ ਨਾ ਕੋਈ ਸਿਆਪਾ ਪਿਆ ਹੁੰਦਾ
चन्नी दी जाखड़ नाल नहीं बनती, जाखड़ दी बाजवे नाल नहीं बनती, बाजवे दी रंधावे नाल नहीं बनती, रंधावे दी बिट्टू नाल नहीं बनती, बिट्टू दी सिद्धू नाल नहीं बनती, सिद्धू दी किसे नाल भी नहीं बनती। हाँ आ इत्थे देख लो तुसीं मानसा मैं कहा इन्हां तों पहलां इक सिद्धू नहीं सांभे जांदा सी, हुण इक होर लै लिया, दो हो गए कांग्रेस को, दो सिद्धू हो गए, एक सिद्धू मूसे वाला, दूजा सिद्धू गुस्से वाला। वो हर बार गुस्से ही होया रहिंदा, मैं तां रुस गया हुण। सो वीरो इदां पार्टियां तुसीं बदल के उदू बाद कहिंदे मेरे कोल जबान लै लो जी, ना जी ऐ नहीं हुंदा, लोग यकीन इदां छेती करदे नहीं, क्योंकि दुध दा फुकिया लस्सी नूं फूका मारदा है, एक कहावत है, बहुत धोखे खा लिया आपां हुण, हुण नहीं, हुण ऐतकी आपदे आप नूं वोट पाउणी है, ना किसे फुफड़ दे कहे ते पाउणी है, ना मासड़ दे कहे ते पाउणी है, ना कोई पैसे जां कोई होर लालच चा के पाउणी है। और अज दी गल दस, किसे पिंड दे विच मानसा दे किसे पिंड च मशीन लैके चले गए चोण अधिकारी, जिहड़ा अमला हुंदा है उह पहले रिहर्सल करवाउंदे ने ना कि पिंड वाले लोगों को दस दो भाई आह बटन ने ते जिहड़ा तुसीं दबणा दब दो, फिर वह देखो रिजल्ट भी दिखाउंदे ने भी देखो इन्नी इहनूं पै गईआं। ते अज उह कहिंदे वी आ मशीन चैक करनी है ते बटन दब दो, पहला आया उहनूं झाड़ू दबता, दूजा आया उहनूं झाड़ू दबता, तीजे ने दस पंद्रह ने जो झाड़ू दबता तो उन्होंने अफसर कहता भी ये कड़ा असली वोटा ने, यह तो उई देखते हैं भी किसी होर होर बटन भी चेक कर लो। वो लोग कहते भावे नकली ने, नकली च भी कोई होर बटन दबन जी नहीं करता, क्या बटन बदल लो, मशीन वाला बटन बदल लो, किस्मत बदल जूगी, क्योंकि क्योंकि ये जी कुछ दिन पहला मैं सुनता सी इन्हों हजे भी इन्हों कोई कोई मतलब भय नहीं है, कोई डर नहीं। हरसिमरत कौर बादल कह रही थी जिहड़ी तकड़ी है साड़ी ये बाबे नानक की तकड़ी तो वधिया, बाबे नानक की तकड़ी ना मिलाउणा तुसीं आपदे वाली तकड़ी जिहड़ी चिट्टा तोलदी है जिहड़ी समैक तोलदी है, बाबे नानक की तकड़ी तेरा तेरा सब कुछ तेरा तोलदी सी, अकालियां वाली तकड़ी मेरा मेरा सब कुछ, बस्सां मेरियां ढाबे मेरे हां रेता मेरा सब मेरा, कितने पता नहीं तक धर्मराज नाल गल होगी इन्हां दी, भी थोड़े वाले उपर आ सकते ने भी कर कर लिया कट्ठे, कोई नाल ले जाओगे, गरीब की हा ना लो, गरीब दियां बदुआवां ना लो, क्योंकि गरीब की हा ते परमात्मा की दरगाह यह सीधा कनैक्शन होंदा है। और कोई सानू डर पै नहीं, ये मैनू दसो थोनू लगता भी जे कितने मैं एक रुपया भी कितने करप्शन की होंगी, 2014 तो जितया होया, 7 साल हो गए, 7.5 साल हो गए, एक रुपया भी हेर फेर की मैं छड़ देंगे ये, एक रुपये नूं करोड़ बना के अंदर मार दे, क्योंकि 3 साल तो मैं अकालिया की सरकार च रहा एम पी 14 तो 17 तो उस तो बाद कांग्रेस च रहा, सब तो बाद पार्लीमेंट के वक्त पाने वाला बीजेपी उस मेरा नाम आता है, एक तो छड़ देंगे मैनू, मैं आज भेजो करें ईडी पीडी कि थोड़ी लिया, क्योंकि जो असी कोई करप्शन की हुई नहीं, जे ईडी आई भी ना साढ़े घरें पूरा दो दिन भावें छापा मार लैन, दो दिन मत्था मार के जाएंगे, जाते हुए मैंने ये कह के जाएंगे लांबा ही देकर जाएंगे यार कोई कमा कमू लिया करो, एडी दूरों आए सी खर्चा पा गया साडा इन्ना स्टाफ का, जो गुटका साहब दियां सौहां खा के मुकर गए, इदू बद होर की हो जूगा जी। तो फिर देखो परमात्मा है, और कल देख लो 1.5 घंटा वैसे बैठा रहा 400-500 बंदे संबोधन करके मुड़िया, तो देख लो जिहड़े कहिंदे सी आ महाराजा पटियाला फलाना, ये परमात्मा है जी, ना कसुन मारदा ना लत मारदा, रब जदों मारदा मत मारदा मत मारदा। मैं थोड़ा अपना भरा थोड़ा अपना पोता मैंने तो जो मर्जी मोढ़े तो फड़ के रोक लिया करो, रोक भी लेंदे ने भाई उरे आई भगवंत भाई उरे आई, इन्हां नूं कह दोगे सुखबीर उरे आई, सुखबीर तो नहीं आता पुलिस वाले आएंगे ना, तू तू आ पहला इधर किधर आ, क्योंकि क्योंकि कदे लोकां च रहे नहीं ना जी, कदे लोकां च रहे नहीं, धक्के नहीं खाधे, सनावर दे दून दे पढ़े हुए ने अंग्रेजी स्कूलों के, पंजाबी आउंदी नहीं बोलनी, ठीक है ना, पंजाबी सब्जैक्ट है ही नहीं उन्हां स्कूलों के, आपां हुण तप्पड़ां वाले स्कूलों च पढ़े हाँ, आपां बोरियां नाल लैके जांदे सी रे वालियां। सो वीरो सो आपां क्योंकि ग्राउंड तो उठे हैं इस करके दर्द का पता लगता है,
ਕਿ ਹਾਂ ਯਾਰ ਆਹ ਗੱਲ ਹੈ, ਨਹੀਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ। ਸੁਖਬੀਰ ਬਾਦਲ ਕੋਲੇ ਗੰਨੇ ਵਾਲੇ ਚਲੇ ਗਏ ਜਦੋਂ ਡਿਪਟੀ ਸੀ ਐਮ ਸੀ, ਗੰਨੇ ਦੀਆਂ ਪੇਮੈਂਟਾਂ ਰੁਕੀਆਂ ਪਈਆਂ ਮਿੱਲਾਂ 'ਚ, ਉਹ ਚਲੇ ਗਏ ਕਿਸਾਨ ਗੰਨੇ ਵਾਲੇ ਗੰਨਾ ਉਤਪਾਦਕ, ਉਹ ਕਹਿੰਦੇ ਜੀ ਗੰਨੇ ਦੀਆਂ ਪੈਸੇ ਰੁਕੇ ਪਏ ਨੇ ਜਿਵੇਂ। ਹਾਂ ਸੁਖਬੀਰ ਕਹਿੰਦਾ ਗੰਨੇ ਦਾ ਤਾਂ ਬਹੁਤ ਔਖਾ ਹੈ, ਅਤੇ ਕਹਿੰਦਾ ਗੰਨਾ ਬੀਜਣਾ ਵੀ ਬਹੁਤ ਔਖਾ ਹੈ। ਉਹ ਕਹਿੰਦੇ ਕਿਵੇਂ? ਕਹਿੰਦਾ ਹੋਰ ਦੇਖੋ, ਪਹਿਲਾਂ ਗੁੜ ਦੀਆਂ ਛੋਟੀਆਂ ਛੋਟੀਆਂ ਡੰਡੀਆਂ ਕਰਨੀਆਂ ਪੈਂਦੀਆਂ, ਫਿਰ ਐਂ ਦੱਬਣੀਆਂ ਪੈਂਦੀਆਂ, ਉਹ ਉਦੋਂ ਹੀ ਮੁੜਿਆ ਕਹਿੰਦੇ ਰਹਿਣ ਦੇ ਮੁਆਵਜ਼ਾ ਪਹਿਲਾਂ ਦੰਦ ਦਾ। ਪਤਾ ਹੀ ਨਹੀਂ ਪਬਲਿਕ 'ਚ ਰਹੇ ਹੋਣ ਤਾਂ ਪਤਾ ਲੱਗੇ ਨਾ, ਪਤਾ ਹੀ ਨਹੀਂ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣਾ ਖੇਤੀ ਮੰਤਰੀ ਰਿਹਾ, ਕਿੱਦੇ ਮਿਰਚਾਂ ਤੋੜੀਆਂ ਉਹਨੇ, ਦੱਸੋ ਦੱਸੋ। ਸੋ ਵੀਰੋ ਬੰਦੇ ਉਹ ਲਾਓ ਜਿਹੜੇ ਜਾਣਦੇ ਹੋਣ, ਜਿਹੜੇ ਜਾਣਦੇ ਹੋਣ ਕਿ ਹਾਂ ਇਹ ਦੁੱਖ ਨੇ, ਐਸ ਖੇਤੀ ਦਾ ਆਹ ਦੁੱਖ ਹੈ, ਕੀ ਪਤਾ ਲੱਗਦਾ ਇੱਥੇ ਇਹਨਾਂ ਨੂੰ। ਸੋ ਮੈਂ ਤਾਂ ਇਹੀ ਗੱਲ ਕਹਿੰਦਾ ਉਹਨਾਂ ਜਿੱਥੇ ਵੀ ਜਾਂਦਾ, ਸੱਚ ਬੋਲਣ ਦਾ ਇੱਕੋ ਹੀ ਫਾਇਦਾ ਕਿ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਣਾ। ਜਿੱਥੇ ਬੋਲੋਗੇ ਸੱਚ ਹੀ ਬੋਲੋਗੇ। ਉਹ ਸੁਖਬੀਰ ਵਰਗੇ ਪੁੱਛਦੇ ਨੇ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਇੱਥੇ, ਐਤਕੀ ਕੀ ਕਹੀ ਇਹਨਾਂ ਨੂੰ, ਕੋਈ ਪਤਾ ਨਹੀਂ। ਉਹ ਕਹਿੰਦਾ ਪਰ ਦੇਖੋ ਕਿਸਾਨੀ ਦੇ ਬਿੱਲ ਆਏ, ਅਸੀਂ ਬਥੇਰਾ ਕਿਹਾ ਕਿ ਬਿੱਲ ਮਾੜੇ ਨੇ, ਤੁਸੀਂ ਵਾਪਸ ਕਰਾ ਦਿਓ, ਤੁਸੀਂ ਇਹਨਾਂ ਦਾ ਹਿੱਸਾ ਹੋ, ਅਕਾਲੀ ਦਲ ਅਤੇ ਬੀਜੇਪੀ ਇਕੱਠੇ ਹੋ। ਨਾ ਨਾ ਜੀ, ਸਾਰਾ ਟੱਬਰ ਡੇਢ ਮਹੀਨਾ ਗੁਣ ਗਾਈ ਗਿਆ ਬਿੱਲਾਂ ਦੇ, ਬਹੁਤ ਚੰਗੇ ਬਿੱਲ ਨੇ, ਗੱਲ ਹੋ ਗਈ, ਐਮ ਐਸ ਪੀ ਮਿਲ ਜੂਗੀ, ਬਹੁਤ ਚੰਗੇ ਬਿੱਲ ਨੇ, ਬਹੁਤ ਵਧੀਆ ਬਿੱਲ ਨੇ। ਜਦੋਂ ਲੋਕਾਂ ਦਾ ਪ੍ਰੈਸ਼ਰ ਪਿਆ ਯੂਨੀਅਨਾਂ ਦਾ ਅਤੇ ਕਿਸਾਨਾਂ ਦਾ, ਪਾਰਲੀਮੈਂਟ ਜਾ ਕੇ ਕਹਿੰਦਾ ਤਾਂ ਬਹੁਤ ਮਾੜੇ ਬਿੱਲ ਨੇ ਜੀ। ਮੈਂ ਕਿਹਾ ਪਹਿਲਾਂ ਕਿਉਂ ਨਹੀਂ ਪੜ੍ਹੇ ਫਿਰ, ਸਾਨੂੰ ਤਾਂ ਤੁਸੀਂ ਪੜ੍ਹਾਏ ਹੀ ਨਹੀਂ। ਮੈਂ ਕਿਹਾ ਖੇਤੀ ਫੂਡ ਪ੍ਰੋਸੈਸਿੰਗ ਮਿਨਿਸਟਰ ਹੈ ਹਰਸਿਮਰਤ ਕੌਰ, ਉਹ ਇਹ ਕਿਵੇਂ ਹੋ ਸਕਦਾ ਉਹਨੂੰ ਪੁੱਛੇ ਬਿਨਾਂ ਬਿੱਲ ਆ ਜਾਣ, ਅਸਤੀਫਾ ਦਿੰਦੇ ਆਏ, ਕਰਤਾ ਡਰਾਮਾ, ਅਸਤੀਫਾ ਦੇਣਾ ਸੀ। ਮੈਂ ਕਿਹਾ ਉਦਣ ਦਿੰਦੇ ਜਿੱਦਾਂ ਕੈਬਨਿਟ ਦੇ ਵਿੱਚ ਉਹ ਬਿੱਲ ਆਰਡੀਨੈਂਸ ਦੇ ਰੂਪ 'ਚ ਆਏ ਸੀ, ਆ ਜਾਂਦੇ ਬਾਹਰ ਲੋਕ ਮੰਨ ਲੈਂਦੇ, ਹੁਣ ਕਿੱਥੋਂ, ਹੁਣ ਯਕੀਨ ਕਰਾਉਂਦੇ ਫਿਰਦੇ ਆ ਰੋਜ਼, ਹੁਣ ਕਿੱਥੋਂ ਨਹੀਂ ਮੰਨਦੇ ਲੋਕ। ਪਾਰਲੀਮੈਂਟ 'ਚ ਕਹਿੰਦਾ ਮੈਂ ਵੀ ਕਿਸਾਨ ਹਾਂ, ਸੁਖਬੀਰ ਬਾਦਲ ਕਹਿੰਦਾ ਮੈਂ ਵੀ ਕਿਸਾਨ ਹਾਂ। ਮੈਂ ਤੂੰ ਕਿੱਧਰੋਂ ਕਿਸਾਨ ਹੈ ਬਈ? ਨਾ ਨਾ ਕਹਿੰਦਾ ਮੈਂ ਕਿਸਾਨ ਹਾਂ। ਹੁਣ ਕਿਸਾਨਾਂ ਦੀ ਚੜ੍ਹਾਈ ਬੱਲੇ ਬੱਲੇ ਹੋ ਰਹੀ ਸੀ, ਉਹ ਕਿਸਾਨ ਬਣ ਗਿਆ, ਕਹਿੰਦਾ ਮੈਂ ਕਿਸਾਨ ਹਾਂ। ਉਹ ਗੱਲ ਹੋ ਗਈ, ਕਿਤੇ ਡਾਕੂਆਂ ਨੇ ਬੱਸ ਰੋਕ ਲਈ, ਬੱਸ ਘੇਰ ਕੇ ਸਾਰੀ ਬੱਸ ਲੁੱਟ ਲਈ ਡਾਕੂਆਂ ਸਦਾ, ਕਹਿੰਦਾ ਸਵਾਰੀਆਂ ਨੂੰ ਲਾਈਨ 'ਚ ਲਾ ਕੇ ਇਕੱਲੇ ਇਕੱਲੇ ਨਾਂ ਪੁੱਛ ਕੇ ਗੋਲੀ ਮਾਰੀ। ਚਲੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ, ਉਹ ਕਹਿੰਦਾ ਰਾਕੇਸ਼ ਕੁਮਾਰ, ਗੋਲੀ ਮਾਰਤੀ। ਦੂਜੇ ਨੂੰ ਪੁੱਛਿਆ ਤੇਰਾ ਕੀ ਨਾਮ ਹੈ, ਉਹ ਕਹਿੰਦਾ ਜੀ ਪੂਰਨ ਚੰਦ, ਗੋਲੀ ਮਾਰਤੀ। ਤੀਜੀ ਕੋਈ ਮਾਤਾ ਸੀ, ਕਹਿੰਦੇ ਹਾਂ ਮਾਤਾ ਤੇਰਾ ਕੀ ਨਾਮ ਹੈ, ਉਹ ਕਹਿੰਦੀ ਮੇਰਾ ਨਾਮ ਪੁਸ਼ਪਾ ਦੇਵੀ ਹੈ। ਡਾਕੂਆਂ ਸਰਦਾਰ ਕਹਿੰਦਾ ਗੋਲੀ ਨਾ ਮਾਰਿਓ, ਮੇਰੀ ਮਾਂ ਦਾ ਨਾਮ ਪੁਸ਼ਪਾ ਸੀ, ਮੈਨੂੰ ਇਹਨੂੰ ਦੇਖ ਕੇ ਨਾ ਮਮਤਾ ਯਾਦ ਆ ਗਈ, ਕਿੰਨਾ ਪਿਆਰ ਕਰਦੀ ਹੁੰਦੀ ਸੀ, ਛੱਡਤੀ ਹੋ। ਅੱਗੇ ਸੁਖਬੀਰ ਵਰਗਾ ਖੜਾ ਸੀ, ਤੇਰਾ ਕੀ ਨਾਮ ਹੈ, ਕਹਿੰਦਾ ਹੈਗਾ ਤਾਂ ਬਲਦੇਵ ਸਿੰਘ ਆ, ਉਹ ਪਿੰਡ 'ਚ ਮੈਨੂੰ ਸਾਰੇ ਪੁਸ਼ਪਾ ਪੁਸ਼ਪਾ ਹੀ ਕਹਿੰਦੇ ਆ ਜੀ। ਡਾਕੂਆਂ ਦਾ ਸਰਦਾਰ ਕਹਿੰਦਾ ਦੋ ਗੋਲੀਆਂ ਵੱਧ ਮਾਰੋ, ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਹੈ। ਊ ਸਾਡੇ ਹੋਟਲ ਦੇ ਵੈਸੇ ਸਾਨੂੰ ਕਿਸਾਨ ਕਿਸਾਨ ਕਹਿੰਦੇ ਆ, ਊ ਸਾਡੀਆਂ ਬੱਸਾਂ ਚੱਲਦੀਆਂ ਵੈਸੇ ਸਾਨੂੰ ਕਿਸਾਨ ਕਿਸਾਨ ਕਹਿੰਦੇ ਆ। ਬੱਲੇ ਹੋ ਸ਼ੇਰੋ, ਹੱਦ ਹੈ, ਐਂ ਕਮਲੇ ਬਣਾਓਗੇ ਸਾਨੂੰ?